আসসালামু আলাইকুম viewers কি حال চলে ঠিক এ মনু লাগি জি ভোক জব মে چلا যাও তানু আজ sair کراকে লে আواں জরা ও আইয়া মুয়াজ বে জরা তু ভেচ বে জরা ইতে নু থোডি জি sair স্কুল کراকে লে আইয়ে چلا জরা তেনু আজ মে নন্দীবুর নহর চ লাইয়া তেনু ও আকে লে আواں আইয়া জলি এ জরা ফটাফট নকার তে চলি এ জরা چلا জরা ফটাফট কি খানা পিনা দস তন পুক লাগি এ দস দে মেনু কি খানা চাননা দস অর্ডার লা অর্ডার লা জো দিল দি গাল এ আইয়া তেনু আইয়া জো তেরা দিল করদা তেনু খোয়া দেনে আজ ਤਿੱਕੇ ਕਾਣ ਨਹੀਂ ਚਲਾ ਤਨ ਤਿੱਕੇ ਕਵਾਗ ਲੈਣੇ ਲੋ ਭਾਈ ਅਸੀਂ ਆ ਗਏ ਵਾਪਡਾ ਟੋਂ ਦੇ ਗੇਟ ਦੇ ਉੱਤੇ ਤੇ ਗਾਰਡ ਖਲੋਤੇ ਨੇ ਗੰਨਾ ਲੈ ਕੇ ਜਿਸ ਤਰ੍ਹਾਂ ਇਹਨਾਂ ਨੇ ਸਾਨੂੰ ਗੋਲੀਆਂ ਮਾਰ ਦੇਣੀਆਂ ਆ ਦੀ ਇਹਨਾਂ ਦੇ ਕੋਲੋਂ ਨੰਗ ਹੀ ਅੱਗੇ ਗਿਆ ਤੇ ਅੱਗੇ ਆ ਗਿਆ ਕੱਟ ਅਸੀਂ ਕਿ ਇਧਰੋਂ ਹੀ ਮੁੜ ਜਾਈ ਅੱਗੇ ਗਿਆ ਤੇ ਚਪੇੜਾਂ ਬਣੀਆਂ ਪੈਣੀਆਂ ਅਸੀਂ ਲੋ ਭਾਈ ਗੱਡੀ ਤੇ ਲਾਨੇ ਆ ਡੇਰਾ ਸ਼ਨਵਾਰੀ ਦੇ ਬਾਹਰ ਦੇ ਲੋ ਭਾਈ ਕੋਤੇ ਨੇ ਗੱਡੀ ਅੱਗੇ ਲਾਤੀ ਡੰਗਰ ਨੇ ਸਾਡੀ ਜਗ੍ਹਾ ਦੇ ਉੱਤੇ ਕੋਤਾ ਆਦਮੀ ਸੀ ਲਾਤੀ ਹੁਣ ਚਲੋ ਭਾਈ ਆਪਣੀ ਪਸੰਦਾ ਗੋਸ਼ਤ ਕਰਾਨੇ ਆ ਤਾਂ ਸਭ ਤੋਂ ਪਹਿਲੇ ਆ ਕੇ ਅਸੀਂ ਆਪਣੀ ਪਸੰਦਾ ਗੋਸ਼ਤ ਕਰਾਇਆ ਅਬਨੇ ਮਤਾਂ ਦਾ ਗੋਤ ਕਰਾ ਕੇ ਉਹਨੇ ਅਵੇਲੇਬਲਾਣਾ ਸ਼ੁਰੂ ਕਰ ਦਿੱਤੀ ਅਸੀਂ ਨਸਲ ਲਗੇ ਆ ਭਾਈ ਅਸੀਂ ਬਿੱਲ ਦੇ ਕੇ ਜਾਵਾਂਗੇ ਟੈਂਸ਼ਨ ਉਹਨੇ ਬਿੱਲ ਬਣਾ ਕੇ ਫੜਾਇਆ ਉਹਦੇ ਹੱਥ ਦੇ ਵਿੱਚ ਗੋਤ ਕਰਕੇ ਉਹਨੇ ਕਹ ਲੋ ਵਜਦੇ ਉਹਨੂੰ ਅਗਲੇ ਬੰਦੇ ਨੂੰ ਤੇ ਉਹ ਚੜਾਈ ਸੀਖਾਂ ਦੇ ਉੱਤੇ ਉਹਨੇ ਬਾਬਾ ਜੀ ਜਾ ਕੇ ਦਿੱਤਾ ਸੀਖਾਂ ਵਾਲੇ ਨੂੰ ਉਹਨੇ ਕਹ ਲੋ ਭਾਈ ਉਹਨੇ ਕਹ ਕੰਮ ਹੀ ਕੋਈ ਨਹੀਂ ਉਰਾ ਬੜਾਓ ਉਹਨੇ ਨੂੰ ਲੈ ਆ ਲਾਨੇ ਆ ਇਹਦਾ ਕਿਹੜਾ ਕੋਈ ਕੰਮ ਹੈ ਦੁੰਬੇ ਨੂੰ ਲਾਇਆ ਉਹਨੇ ਸੀਖਾਂ ਦੇ ਵਿੱਚ ਲਾ ਕੇ ਉਹਨੇ ਲਾਇਆ ਨਮਕ ਲਾ ਦੇ ਭਾਈ ਪੂਰੀ ਬਾਲਟੀ ਪਾ ਦੇ ਪੂਰੀ ਬਾਲਟੀ ਪਾਇਆ ਥੋੜ੍ਹੀ ਥੋੜ੍ਹੀ ਜਾ ਉਹ ਲੈ ਕੇ ਆ ਪਾਗਲਾ ਉਹ ਲੈ ਕੇ ਆ ਥੋੜਾ ਜਿਹਾ ਐ ਉਹ ਬਾ ਐ ਬੁੜਾ ਘਾਟੇ ਥੋੜਾ ਜਿਹਾ ਹੋਰ ਲੈ ਗਿਆ ਯਾਰ ਐ ਇਹਨਾਂ ਨਿਉ ਘਾਟੀ ਐ ਹੋਰ ਲੈ ਗਿਆ ਆਓ ਥੋੜਾ ਘੋਰ ਪਾਏ ਦੇ ਵਿੱਚ ਨਮਕ ਆਓ ਦੋ ਕੁ ਬਾਲਟੀਆਂ ਪਾ ਦੇ ਨਮਕ ਦੀਆਂ ਇਹਦੇ ਵਿੱਚ ਕਿਉਂਕਿ ਨਮਕੀਨ ਘਾਨਾ ਨਾ ਅਸੀਂ ਨਮਕੀਨ ਦੇ ਇੱਥੇ ਦੋ ਤਿੰਨ ਬਾਲਟੀਆਂ ਪਾਈਆਂ ਨਹੀਂਆਂ ਲਾ ਭਾਈ ਚਾੜੇ ਨੂੰ ਉਹਨਾਂ ਦੇ ਉੱਤੇ ਭਾਵੇਂ ਕੋਲੇ ਵੀ ਨਮਕੀਨ ਹੋਈਆਂ ਚਲੋ ਭਾਵੇਂ ਕੋਲੇ ਵੀ ਨਮਕੀਨ ਹੋਈਆਂ ਚੱਲ ਭਾਈ ਫਟ ਤੋਂ ਫਟਾਫਟ ਘਾਟ ਜਲਦੀ ਘਾਣ ਤੈਨੂੰ ਕਹਿ ਰਹੇ ਫਟਾਫਟ ਕੰਮ ਓ ਲੋ ਭਾਈ ਅੱਧਿਆ ਉਹਨੇ ਕੁੱਕ ਕਰ ਲਿਆ ਜੇ ਚਲੋ ਭਾਈ ਓਨੀ ਦੇਰ ਫਟਾਫਟ ਕੁੱਕ ਹੋਈਏ ਓਨੀ ਦੇਰ ਅਸੀਂ ਬੈਨੇ ਆ ਵੇ ਇਹ ਤੇ ਇਹਨਾਂ ਨੂੰ ਕੁਲ ਲਾਈਆਂ ਤੇ ਉਹਨਾਂ ਅੱਗੇ ਸਾਡੀ ਰੋਟੀ ਰੋਟੀ ਚੱਲ ਭਾਈ ਆਈਓ ਭਾਈ ਰੋਟੀ ਕਾਓ ਫਟਾਫਟ ਚੱਲ ਭਾਈ ਫੜ ਤੂ ਓਏ ਹੋਏ ਹੋਏ ਜਦੋਂ ਮੈਂ ਪਹਿਲੀ ਬੁਰਕੀ ਲਈ ਕਿਆ ਟੈਂਡਰ ਹੈ ਯਾਰ ਚਾਸੇ ਪਰ ਇਹਦੇ ਨਾਲ ਖਾਲੀ ਨਹੀਂ ਪੀਤਾ ਜਣਾ ਜਾ ਤੂ ਮੇਰਾ ਭਰਾ ਜਾ ਕੇ ਨਾ ਕੋਈ ਬੋਤਲ ਠੰਡੀ ਸ਼ੰਦੀ ਲੈ ਕੇ ਆ ਜਾ ਕੇ ਫਟਾਫਟ ਮੋਬਾਈਲ ਮੂਨ ਪੜਾ ਦੇ ਜਾ ਕੇ ਭੱਜ ਕੇ ਜਾ ਕੇ ਬੋਤਲ ਲੈ ਕੇ ਆ ਕਿਉਂਕਿ ਬੋਤਲ ਆ ਗਈ ਭਾਈ ਬੋਤਲ ਤੋਂ ਬਗੈਰ ਗੁਜ਼ਾਰਾ ਨਹੀਂ ਸੀ ਹੋਣਾ ਫਟਾਫਟ ਉਹ ਖੋਲ ਲੈ ਉਹਨਾਂ ਓਏ ਹੋਏ 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 ਕਿਆ ਚਾਸਾਲੀ ਬੋਤਲ ਸੀ ਯਾਰ ਓਏ ਹੋਏ ਹੋਏ ਮਵਾਜ਼ ਖਾ ਰਿਹਾ ਫੁੱਲ ਸ਼ੌਕ ਨਾਲ ਮਾਸ਼ਾਅੱਲਾ ਮਾਸ਼ਾਅੱਲਾ ਮਵਾਜ਼ ਕਿਹਦਾ ਚਸਾ ਆ ਰਿਹਾ ਚਸਾ ਆ ਰਿਹਾ ਮਵਾਜ਼ ਨੂੰ ਵੀ ਲੋ ਭਾਈ ਮਵਾਜ਼ ਥੱਕ ਗਿਆ ਜੇ ਹੁਣ ਤੁਹਾਡਾ ਭਰਾ ਅਕਲ ਦਾ ਰਹਿ ਗਿਆ ਕਿਉਂਕਿ ਤੁਹਾਡੇ ਭਰਾ ਨੂੰ ਗੋਸਤ ਬੜਾ ਪਸੰਦ ਹੈ ਉਹਨ ਗੋਸਤ ਖਾ ਰਿਆ ਰੱਜ ਕੇ ਲੋ ਭਾਈ ਉਹਨੇ ਇਹਨਾਂ ਨੇ ਕੋਈ ਨਹੀਂ ਰਿਆ ਕੀਤੀ ਬਿੱਲ ਆਏ ਨੇ ਬਿੱਲ ਵੇਖ ਕੇ ਇੱਕ ਦਮ ਗਿਆ ਮੇਰਾ ਰੰਗ ਉੱਡ ਮੈਂ ਕੋਏ ਹੋਏ ਲੋ ਭਾਈ ਬਿੱਲ ਦਿੱਤਾ ਤੇ ਇਹਨਾਂ ਨੇ ਲੈ ਕੇ ਕੰਪਲੀਮੈਂਟਰੀ ਲਾਇਆ ਨੇ ਸਾਡੇ ਹਾਸੇ ਕਾਵਾ ਕਾਵਾ ਸ਼ਾਵਾਤ ਨਾਲ ਲੈ ਕੇ ਆਏ ਨੇ ਗੋੜ ਮਵਾਜ਼ ਛੱਡ ਦੇ ਮੋਬਾਈਲ ਪਾਗਲਾ ਇਧਰ ਧਿਆਨ ਕਰ ਲੈ ਭਾਈ ਤੇਰੇ ਵਾਸਤੇ ਆਇ ਚੜਦੇ ਮਛੂਕਾਂ ਦੀ ਜਾਨ ਬਸ ਕਰਦੇ ਮੁਆਦ ਮੁਆਦ ਤੀਲੀ ਮੂੰਹ ਸੋੜਦੇ ਅੰਦਰ ਲਾਈਏਗਾ ਪਾਗਲਾ ਗਲੇ ਨੂੰ ਲੱਗ ਜੇਗੀ ਜਾਹਲਾ ਛੜਦੇ ਇਹਨੂੰ ਲੋ ਭਈ ਅਸੀਂ ਹੁਣ ਡੇਰਾ ਸ਼ਨਵਾਰੀ ਤੋਂ ਨਿਕਲਣ ਲੱਗੇ ਆ ਬਾਹਰ ਬਾਹਰ ਨਿਕਲਨੇ ਹੋਦੇ ਤੁਹਾਨੂੰ ਇਹਦਾ ਐਡਰੈਸ ਦੱਸਦੇ ਆ ਤੇ ਇਹ ਕਿੱਥੇ ਵਾਕੀ ਆਏ ਲੋ ਭਈ ਇਹ ਆ ਵਾਬਡਾ ਟੌਨ ਦੇ ਗੇਟ ਦੇ ਉੱਤੇ ਪਹਿਲੇ ਕੱਟ ਦੇ ਸਾਹਮਣੇ ਵਾਕੀ ਆਏ ਡੇਰਾ ਸ਼ਨਵਾਰੀ ਹਬੀਬ ਮੈਟਰੋ ਬੈਂਕ ਦੇ ਸਾਹਮਣੇ ਜਦੋਂ ਵੀ ਇੱਧਰ ਆਓ ਤੇ ਹੁਣ ਅਸੀਂ ਵਲੌਗ ਨੂੰ ਕਰਨੇ ਆ ਤੇ ਖਤਮ ਹੋਰ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਖਿਆਲ ਰੱਖिएगा ਆਪਣਾ